ਕੀਰਤਪੁਰ ਸਾਹਿਬ ਦੇ ਥਾਣੇ ਨੇ ਵੱਡੀ ਉਪਲਬਧੀ ਕੀਤੀ ਹਾਸਲ। ਹਰ ਪਾਸੇ ਹੋ ਰਹੀ ਚਰਚਾ। ਦੇਸ਼ 'ਚੋਂ 8ਵਾਂ ਅਤੇ ਪੰਜਾਬ 'ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਵਿੰਦਰਵੀਰ ਸਿੰਘ। ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ 2023 ਦੀ ਸਾਲਾਨਾ ਰੈਂਕਿੰਗ 'ਚ ਦੇਸ਼ ਭਰ 'ਚੋਂ 8ਵਾਂ ਅਤੇ ਪੰਜਾਬ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। DGP ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਥਾਣਿਆਂ ਦੀ ਇਹ ਸਾਲਾਨਾ ਰੈਂਕਿੰਗ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਤੈਅ ਕੀਤੇ ਮਾਪਦੰਡਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਦੇਸ਼ ਦੇ ਛੋਟੀ ਦੇ 10 ਪੁਲਿਸ ਥਾਣਿਆਂ 'ਚੋਂ ਕੀਰਤਪੁਰ ਸਾਹਿਬ ਦੇ ਥਾਣੇ ਨੂੰ ਵੀ ਚੁਣਿਆ ਗਿਆ। ਇਸ ਪ੍ਰਾਪਤੀ ਤਹਿਤ ਪੁਲਿਸ ਥਾਣੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਸਾਂਝੇ ਤੌਰ 'ਤੇ 2 ਸਰਟੀਫਿਕੇਟ ਪ੍ਰਾਪਤ ਹੋਏ ਨੇ। ਉਹਨਾਂ ਨੇ IG ਹੈੱਡਕੁਆਰਟਰ ਡਾਕਟਰ ਸੁਖਚੈਨ ਸਿੰਘ ਗਿੱਲ ਅਤੇ SSP ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੂੰ ਦੋਵੇਂ ਸਰਟੀਫਿਕੇਟ ਸੌਂਪੇ ਨੇ ਅਤੇ ਉਹਨਾਂ ਨੂੰ ਅਤੇ SHO ਕੀਰਤਪੁਰ ਸਾਹਿਬ ਨੂੰ ਇਹ ਮੀਲ ਪੱਥਰ ਸਥਾਪਿਤ ਕਰਨ 'ਤੇ ਵਧਾਈ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਂਚ ਦਾ ਨਿਪਟਾਰਾ, ਸ਼ਿਕਾਇਤਾਂ ਦਾ ਨਿਪਟਾਰਾ, ਪ੍ਰਭਾਵੀ ਢੰਗ ਨਾਲ ਸ਼ਿਕਾਇਤ ਨਿਪਟਾਰੇ, ਰਿਕਾਰਡ ਦੀ ਸਾਂਭ ਸੰਭਾਲ, ਕਨਵਿਕਸ਼ਨ ਰੇਟ ਆਦਿ ਦੇ ਆਧਾਰ 'ਤੇ ਪੁਲਿਸ ਥਾਣੇ ਨੂੰ ਸਾਲਾਨਾ ਦਰਜਾਬੰਦੀ ਦਿੱਤੀ ਜਾਂਦੀ ਹੈ। DGP ਨੇ ਦੱਸਿਆ ਕਿ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਕੁਸ਼ਲ ਅਤੇ ਸੁਚੱਜੀ ਪੁਲਿਸਿੰਗ ਪ੍ਰਤੀ ਆਪਣੀ ਵਚਨਬੱਧਤਾ ਦਾ ਸਬੂਤ ਦਿੰਦਿਆਂ ਇਹਨਾਂ ਖੇਤਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਪ੍ਰਾਪਤੀਆਂ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਅਪਣਾਈਆਂ ਗਈਆਂ ਪ੍ਰਭਾਵਸ਼ਾਲੀ ਪੁਲਿਸ ਰਣਨੀਤੀਆਂ ਅਤੇ ਲੋਕ ਪੱਖੀ ਪਹੁੰਚ ਨੂੰ ਦਰਸਾਉਂਦੀ ਹੈ। ਜੋ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਪੰਜਾਬ ਦੇ ਵਿੱਚ ਰੈਂਕ ਨੰਬਰ 1 ਆਇਆ ਹੈਗਾ ਥਾਣਾ ਕੀਰਤਪੁਰ ਸਾਹਿਬ ਦਾ, ਜ਼ਿਲ੍ਹਾ ਰੂਪਨਗਰ ਦਾ, ਅਤੇ ਆਲ ਓਵਰ ਇੰਡੀਆ ਦੇ ਵਿੱਚ 8ਵਾਂ ਰੈਂਕ ਆਇਆ। ਸੋ ਇਹ ਬਹੁਤ, ਮੈਂ ਸਮਝਦਾ ਕਿ ਬਹੁਤ ਬੜੀ ਉਪਲੱਬਧੀ ਹੈਗੀ ਹੈ। ਇਹਦੇ ਵਿੱਚ ਖਾਸ ਕਰ ਯੋਗਦਾਨ ਹੈਗਾ DGP ਸਾਹਿਬ ਅਤੇ SSP ਸਾਡੇ ਗੁਲਨੀਤ ਸਿੰਘ ਖੁਰਾਣਾ ਸਰ ਦਾ, ਅਤੇ ਸਾਡੇ DSP ਅਨੰਦਪੁਰ ਸਾਹਿਬ ਜੀ ਦਾ, ਅਤੇ ਸਾਡੀ ਸਾਰੀ ਟੀਮ ਜੋ ਥਾਣੇ ਦੀ ਹੈਗੀ ਹੈ, ਸਾਰਾ ਟੀਮ ਵਰਕ ਕੀਤਾ ਜਿਨ੍ਹਾਂ ਨੇ, ਅਤੇ ਇਹਨਾਂ ਮਿਹਨਤ ਨਾਲ ਕੰਮ ਕੀਤਾ ਹੈਗਾ ਜੋ ਇਹ ਮੁਕਾਮ ਹਾਸਲ ਕੀਤਾ ਹੈ। ਇਹਦੇ ਵਿੱਚ ਅਲੱਗ ਅਲੱਗ ਪੈਰਾਮੀਟਰ ਸੈੱਟ ਕੀਤੇ ਹੋਏ ਸੀਗੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ, ਜਿਵੇਂ ਕਿ ਥਾਣੇ ਦੀ ਸਾਫ਼ ਸਫਾਈ, ਜੋ ਕੰਪਲੇਂਟਸ ਆਉਂਦੀਆਂ ਹੈਗੀਆਂ ਉਹਨਾਂ ਦਾ ਨਿਪਟਾਰਾ ਕਿੱਦਾਂ ਕੀਤਾ ਜਾਂਦਾ ਹੈ, ਲੋਕਾਂ ਨੂੰ ਕੀ ਸੁਵਿਧਾ ਦਿੱਤੀ ਜਾਂਦੀ ਹੈਗੀ ਇੱਥੇ, ਕੀ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਹੈ, ਅਤੇ ਜਿਹੜੀ ਪੈਂਡਿੰਗ ਕੰਪਲੇਂਟਸ ਹੈਗੀਆਂ ਉਹ ਡਿਸਪੋਜ਼ਲ ਉਹਦੀ ਕਿੰਨੀ ਜਲਦੀ ਕੀਤੀ ਜਾਂਦੀ ਹੈਗੀ ਹੈ ਅਤੇ ਕਿੰਨੀ ਇਫੈਕਟਿਵਲੀ ਕੀਤੀ ਜਾਂਦੀ ਹੈ, ਲੋਕਾਂ ਦੀ ਸੈਟਿਸਫੈਕਸ਼ਨ ਕਿੰਨੀ ਹੁੰਦੀ ਹੈ, ਅਤੇ ਉਸਦੇ ਇਲਾਵਾ ਆਪਾਂ ਉਸਦੇ ਇਲਾਵਾ ਜਿਹੜੇ ਅਲੱਗ ਅਲੱਗ ਪ੍ਰੋਗਰਾਮ ਚਲਾਉਂਦੇ ਹੈਗੇ ਹੈ ਕਿ ਅਵੇਅਰਨੈਸ ਡਰਾਈਵਸ, ਜਿਵੇਂ ਨਸ਼ਿਆਂ ਦੇ ਖਿਲਾਫ਼ ਜਾਣਕਾਰੀ ਦਿੱਤੀ ਜਾਂਦੀ ਹੈਗੀ ਹੈ, ਅਤੇ ਉਸਦੇ ਇਲਾਵਾ ਆਪਾਂ ਟਰੀਜ਼ ਪਲਾਂਟ ਕਰਨਾ, ਪਲਾਂਟੇਸ਼ਨ ਸੰਬੰਧੀ ਉਹ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਇਹ ਕਈ ਅਲੱਗ ਅਲੱਗ ਪੈਰਾਮੀਟਰ ਸੀਗੇ। ਸੋ ਉਹਦੇ ਵਿੱਚ ਪਲੱਸ ਰਿਕਾਰਡ ਕੀਪਿੰਗ ਹੋ ਗਈ ਥਾਣੇ ਦੀ, ਮੁਨਸ਼ੀ ਦਾ ਰਿਕਾਰਡ ਹੋ ਗਿਆ, ਇਹ ਕਈ ਚੀਜ਼ਾਂ ਆਉਂਦੀਆਂ। ਅਤੇ ਉਹਦੇ ਵਿੱਚ ਜੋ ਥਾਣਾ ਕੀਰਤਪੁਰ ਸਾਹਿਬ ਨੂੰ ਪਹਿਲਾ ਰੈਂਕ ਮਿਲਿਆ ਹੈਗਾ ਪੰਜਾਬ ਦੇ ਵਿੱਚ, ਇਹ ਬੜੀ ਗਰਵ ਦੀ ਗੱਲ ਹੈਗੀ ਹੈ, ਨਾ ਕੇਵਲ ਕੀਰਤਪੁਰ ਸਾਹਿਬ ਲਈ ਪਰ ਪੂਰੇ ਪੰਜਾਬ ਲਈ ਅਤੇ ਸਾਰੇ ਪੰਜਾਬੀਆਂ ਲਈ, ਕਿਉਂਕਿ ਇਹ ਚੀਜ਼ਾਂ ਦੇ ਵਿੱਚ ਜ਼ਰੂਰਤ ਹੈਗੀ, ਚੀਜ਼ਾਂ ਨਾਲ ਮੋਟੀਵੇਸ਼ਨ ਮਿਲਦੀ ਹੈਗੀ ਪੁਲਿਸ ਨੂੰ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਮੋਟੀਵੇਸ਼ਨ ਮਿਲਦੀ ਕਿ ਅਸੀਂ ਹੋਰ ਵੱਧ ਚੜ੍ਹ ਕੇ ਕੰਮ ਕਰੀਏ। ਕੀਰਤਪੁਰ ਸਾਹਿਬ ਤੋਂ ਪੱਤਰਕਾਰ ਬੁੱਧ ਸਿੰਘ ਰਾਣਾ ਦੀ ਰਿਪੋਰਟ।